ਤੈਨੂੰ ਰਸ ਨਹੀਂ ਆਇਆ। ਗੁਰੂ ਕਿਰਪਾ ਕਰੇ ਕੈਸਾ ਰਸ ਬਣਿਆ ਸੀ, ਆਓ ਮੈਂ ਤੁਹਾਡੀ ਸੇਵਾ ਵਿੱਚ ਦਮਦਮੀ ਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦਾ ਪ੍ਰਸੰਗ ਤੁਹਾਡੀ ਸੇਵਾ ਵਿੱਚ ਰੱਖਣ ਲੱਗਾ। ਇੱਕ ਦੋ ਕਵਿਤਾ ਜਿੰਨੀ ਵੀ ਵਨਗੀ ਮਾਤਰ ਇਤਿਹਾਸ ਦੇ ਵਿੱਚੋਂ ਕਹਿਣ ਦਾ ਮੈਂ ਯਤਨ ਕਰੂੰਗਾ। ਬਾਬਾ ਦੀਪ ਸਿੰਘ ਦਾ ਜਿਹੜਾ ਜੀਵਨ ਆ, 17 ਵਰੇ ਦੀ ਉਮਰ ਹੋਈ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ। ਗੁਰੂ ਗੋਬਿੰਦ ਸਿੰਘ ਨੇ ਹੋਲੇ ਮੱਲੇ ਦੇ ਕੱਟ ਤੇ ਸੰਗਤਾਂ ਨੂੰ ਬੁਲਾਇਆ। ਮਾਝੇ ਮਾਲਵੇ ਦੁਆਬੇ 'ਚੋਂ ਹੁੰਮ ਹੁਮਾ ਕੇ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਗੁਰੂ ਗੋਬਿੰਦ ਸਿੰਘ ਮਾਨ ਨੇ ਐਲਾਨ ਕੀਤਾ ਵੀ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ ਨੂੰ ਅਸੀਂ ਅੰਮ੍ਰਿਤ ਵਿੱਚ ਆਪ ਲੱਗਾਂਗੇ, ਜਿਨ੍ਹਾਂ ਅੰਮ੍ਰਿਤ ਛਕਣਾ ਉਹ ਨਾਂ ਲਿਖਾਓ। ਬਾਬਾ ਦੀਪ ਸਿੰਘ ਤੇ ਭਾਈ ਨੋਧ ਸਿੰਘ, ਇੱਕ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਨੋਧਾ ਸੀ, ਇੱਕ ਪਹੁ ਪਿੰਡ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਸੀ ਦੀਪਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਛਕਿਆ, ਦੀਪੇ ਦਾ ਨਾਮ ਸਤਿਗੁਰਾਂ ਨੇ ਦੀਪ ਸਿੰਘ ਰੱਖ ਦਿੱਤਾ, ਨੋਧੇ ਦਾ ਨਾਂ ਸਤਿਗੁਰਾਂ ਨੇ ਨੋਧ ਸਿੰਘ ਰੱਖ ਦਿੱਤਾ। ਪਹਿਲਾਂ ਦੀਪਾ, ਫਿਰ ਦੀਪ ਸਿੰਘ, ਫਿਰ ਭਾਈ ਦੀਪ ਸਿੰਘ, ਫਿਰ ਬਾਬਾ ਦੀਪ ਸਿੰਘ ਜੀ। ਆਂਦੇ ਇੰਨੀ ਸੇਵਾ, ਇੰਨੀ ਡਿਗਰੀਆਂ ਲੈ ਕੇ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ। ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਵਿੱਚ ਜੂਠੇ ਭਾਂਡੇ ਮਾਂਜ ਰਹੇ ਸੀ ਤੇ ਇੱਕ ਸਰਬਲੋ ਦੇ ਬਾਟੇ ਨੂੰ ਵਾਰ ਵਾਰ ਉਹ ਮਾਂਜੀ ਜਾ ਰਹੇ ਸੀ ਵਾਰ ਵਾਰ। ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ ਆ। ਜਦੋਂ 5-7 ਵਾਰ ਬਾਟੇ ਨੂੰ ਬਾਬਾ ਦੀਪ ਸਿੰਘ ਨੇ ਮਾਂਜਿਆ ਨਾ ਤੇ ਸਤਿਗੁਰੂ ਕਹਿਣ ਲੱਗੇ, ਉਹ ਦੀਪ ਸਿੰਘਾ ਬਾਟਾ ਮਾਂਜਦਾ ਬਾਟਾ? ਆਂਦਾ ਨਹੀਂ ਜੀ, ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ, ਫਿਰ ਹੁਣ ਤੂੰ ਕੀ ਮਾਂਜਦਾ? ਆਂਦਾ ਸਤਿਗੁਰੂ ਜੀ, ਹੁਣ ਤੇ ਆਪਣਾ ਮੈਂ ਮਨ ਮਾਂਜਦਾ ਮਨ। ਉਹ ਦੀਪ ਸਿੰਘਾ ਤੈਨੂੰ ਕਿਤਨਾ ਪਤਾ ਲੱਗੂ ਤੇਰਾ ਮਨ ਮਾਂਜਿਆ ਗਿਆ? ਆਂਦਾ ਮਹਾਰਾਜ, ਜਦੋਂ ਮੈਂ ਇਸ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਹਨਾ ਨਾ, ਇਹਦੇ ਵਿੱਚ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ ਤੇ ਮੈਂ ਨਾ ਵੀ ਤੇਰੇ ਅੰਦਰ ਜੇ ਹੋਮੇ ਹੈਗੀ ਆ ਮਹਾਰਾਜ, ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ ਮੈਂ ਸਮਝੂਗਾ ਮੇਰੀ ਸੇਵਾ ਮੁਕੰਮਲ ਹੋ ਗਈ ਆ। ਸਤਿਗੁਰ ਨੇ ਚੋਕੇ ਛਾਤੀ ਨਾਲ ਲਾਇਆ, ਆਖਿਆ ਧੰਨ ਸਿੱਖੀ। ਉਹ ਦੀਪ ਸਿੰਘਾ ਪੁੱਤਰਾ, ਜੋ ਤੂੰ ਮੰਗੇ ਮੈਂ ਤੈਨੂੰ ਉਹ ਕੁਝ ਅੱਜ ਦੇ ਦੇਣਾ। ਸਿੱਖੋ ਮੰਗਣਾ ਵੀ ਸਾਰਣ ਨਹੀਂ ਆਉਂਦਾ। ਆਂਦਾ ਮਹਾਰਾਜ, ਇਹ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਜਿਹੜਾ ਮੇਰਾ ਅੰਤ ਸਮਾਂ ਹੋਏ ਨਾ ਇਹ ਧਰਮ ਯੁੱਧ ਦੇ ਵਿੱਚ ਹੋਵੇ। ਇਹ ਵਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਮੰਗ ਕੇ ਲਿਆ ਸੀ। ਬਾਬਾ ਦੀਪ ਸਿੰਘ ਜੀ ਕਲਗੀਆਂ ਵਾਲੇ ਪਾਤਸ਼ਾਹ ਸੇਵਾ ਦਮਦਮਾ ਸਾਹਿਬ ਦੀ ਸੌਂਪ ਕੇ ਆਪ ਦੱਖਣ ਦੇਣ ਨੂੰ ਤੁਰ ਗਏ। ਬਾਬਾ ਦੀਪ ਸਿੰਘ ਜੀ ਬੀੜਾਂ ਲਿਖ ਰਹੇ ਸਨ, ਕੋਈ ਗੁਰੂ ਨਾਨਕ ਲੇਵਾ ਸਿੱਖ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਿਆ। ਫਤਿਹ ਬੁਲਾਈ ਤੇ ਕਹਿਣ ਲੱਗੇ, ਬਾਬਾ ਜੀ ਜਿਹੜੀਆਂ ਬੀੜਾਂ ਆਪ ਲਿਖ ਰਹੇ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਉਹ ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਬਾਬਾ ਜੀ ਨੇ ਕਲਮ ਉੱਥੇ ਰੱਖ ਦਿੱਤੀ। ਉਹ ਕੀ ਖਬਰ ਲੈ ਕੇ ਆਇਆ? ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਬਾਬਾ ਦੀਪ ਸਿੰਘ ਦੀਆਂ ਅੱਖਾਂ ਵਿੱਚ ਖੂਨ ਆਇਆ ਟੌਲੇ ਫੜਕੇ, ਬਾਬਾ ਜੀ ਜੇ ਚੰਦਨਾ ਤੱਕ ਖਾਲਸਾ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਰ ਢਾ ਢੇਰੀ ਕੀਤਾ ਜਾਏਗਾ। ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਹੇ ਪੰਥ ਦਿਆ ਮਾਲਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੰਨਾ ਚਿਰ ਮੈਂ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟ ਨਹੀਂ ਨਾ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਹੀਦੀ ਨਹੀਂ ਪਾਊਂਗਾ। ਹੌਣੀ ਕੰਮ ਉੱਠੀ, ਉਹਨੇ ਆਖਿਆ, ਬਾਬਾ ਦੀਪ ਸਿੰਘ ਮੈਂ ਤੇਰਾ ਨੋਖਾ ਪਰਨ ਸਿਰੇ ਨਹੀਂ ਚੜ੍ਹਨ ਦਊਂਗੀ। ਉਹਨੇ ਆਖਿਆ, ਬਚਨ ਹੋਣੀਏ ਸਿੰਘ ਦੇ, ਉਹ ਪੂਰੇ ਤੇ ਪੱਕੇ, ਉਹ ਅਸੀਂ ਫੜ ਫੜ ਜਾਮ ਲਗਾ ਦਈਏ ਸੂਈਆਂ ਦੇ ਨੱਕੇ, ਉਹ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ ਅੱਜ ਕਿਹੜਾ ਡੱਕੇ ਨਹੀਂ, ਅਸੀਂ ਖੰਡੇ 18 ਫੇਰ ਦੇ ਐਵੇਂ ਨਹੀਂ ਚੁੱਕੇ। ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਜੋ ਦੋਹਰੀਆਂ ਚੋਟਾਂ, ਸਤ ਸ੍ਰੀ ਅਕਾਲ ਦੇ ਜਕਾਰੇ ਲਾ ਕੇ ਗਗਨ ਦਵਾਨਾ ਬਾਬੇ ਬਾਜਿਓ, ਭਰਿਓ ਨਿਸ਼ਾਨੇ ਕਾਓ, ਖੇਡ ਜੋ ਮਾਂਡੇ ਸੂਰਮਾ, ਆਪ ਚੂਚਨ ਕੋ ਦਾਉ ਦਾ ਜਾਪ ਕਰਦੇ ਹੋਏ ਮਾਲਵੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਰਵਾਨਾ ਹੁੰਦੇ ਆ। ਖੇਮ ਕਰਨ ਭਿੱਖੀ ਵੰਡ ਦੇ ਰਸਤੇ ਥਾਣੀ ਹੁੰਦੇ ਹੋਇਆ ਸਾਰਾ ਖਾਲਸਾ ਸ੍ਰੀ ਤਰਨ ਤਾਰਨ ਸਾਹਿਬ ਪਹੁੰਚਾ, ਇੱਥੇ ਰਾਤ ਕੱਟੀ ਆ। ਸਵੇਰੇ ਫਿਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਆ, ਹੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ ਜਿੰਨਾ ਚਿਰ ਮੈਂ ਆਪ
अपना पर नहीं पूरा कर कर लेंदा उन्ना चिर मैं शीती नहीं पाऊंगा। हे धन गुरु रामदास महाराज, कोई तेरे दर ते फुलियां दा प्रसाद लेके आंदा, कोई पतासियां दा लेके आंदा, मैं सिर दा चढ़ावा लेके आ रहा इनू प्रवान कर रही। बाबा जी से ने इत्थे खंडे नाल लीक खिची है ललकार साहब गुरुद्वारा। बाबा दीप सिंह ने आख्या, ओ जोधा लीक टप्यो जिन्हें धर्म के नाम तो जाना निशावर कर देनी है। आंदे 10,000 सूरमा छाला मारदा लीक टप गया है। कोई कौम ओ जेड़ी मरण के नाम ते वर्दी होवे, ए कलगियां वाले पातशाह ने आपां नूं मान दिता। इधर जमाल खान पता लगा भी बाबा दीप सिंह मेरे ते चढ़ाई करके आ गया। 40,000 फौज चढ़ के चबे के मैदान में आया। इधर कलगी धर दे सूरमे लैके अकाल दी ओट, एक पासे सत्री अकाल दे जकारे, एक पासे जयाली दे नारे। आंदे इन्ना कह कच जंग इत्थे मचिया। बाबा दीप सिंह दीआं फौजां ने जिहड़ियां दुश्मन दीआं फौजां अगलियां उहनां नूं लम्मिया पा दित्ता। अमीर जान खान नूं अपना पासा हौला हुंदा जा पिया, इहने घोड़ा अगे छेड़िया ते बाबा दयाल सिंह वाले वधिया। बाबा दयाल सिंह ते तीन वार उस अमीर जार खान ने कीते, तिन्ने बाबा दयाल सिंह ने रोके, तीन वार बाबा दयाल सिंह ते अमीर जार खान ने कीते। बाबा जी ने तिन्ने पासों दी कढ़ दित्ते, तंदी ते चढ़ाया तीर, आंदे खिच के जदों छड्डिया ना अमीर जार खान दी छाती दे विच्चों सुखा तीर सिंह दा निकल गया। घोड़े तो पवाटनी खा के थले डिगा, एदी लोथ नूं एदे वारस पिछे चुक के लै गए। अमीर जान खान नूं डिगदिआं वेख के रुस्तम खां आया, बड़े बड़े योधे गांव दे। इधर जबरदस्त खान बड़िया हंकारिया जरनैल सी, हाथी उत्ते बैठा हाथी अपने नूं गांव दाया। बाबा दीप सिंह ने वधिया, आंदे इधर बाबा बलवंत सिंह निहंग सिंह ने रोकिया। बाबा निहंग सिंह जी, बाबा बलवंत सिंह जी आंदे तीन वार इस जबरदस्त खां ने निहंग सिंह उत्ते कीते, तिन्ने बाबा जी ने रोके, फिर उंगल ते चढ़ाया चक्कर, आंदे एहो जिहा घुमा के छड्डिया हाथी दी हमारी च बैठा सी। सूरमे दे चक्कर ने जबरदस्त खां दा सिर इतना ला के रख दिता जितना घुमियार चक तो भांडा ला के रख दिंदे। इहनूं वी अगले जहान पहुंचाता फिर फौजां दा जरनैल जरनैल जमाल खान। अगे वधिया ने आख्या, बाबा दीप सिंह मेरे वेंदिया वेंदिया तेरियां फौजां ने मेरियां फौजां दे घाण ला के रख दिते आ, मेरा जी करदा मैं तेरे नाल कल्ले ना करा कल्ला लड़ा। बाबा दीप सिंह जी करनी ते कथनी दे पूरे, बाणी ते बाणे विच परपक, शहीदां दी मिसल दे जथेदार। घोड़े तो थले आए होए जमाल खान नवी ओ चाहना जदों को कल्ले ना कल्ला लड़े। एक पासे फौजां दा जरनैल जमाल खान, दूजे पासे दंदवी टकसाल दे पहले जथेदार। जितना गह गच जंग इन्हां दा होया, चढ़दी कला उस कौम दी सदा रहिंदी, चढ़दी कला उस कौम दी सदा रहिंदी जेड़ी अपने फर्ज पछाणदी ए, तख्तां ताजां ते लोभ ते थुकदी नहीं। सोजी आ जावे अपनी शान दी ए, किसे दुखी मजलूम दी हा सुन के बाजी ला दिंदी अपनी जान दी ए। तेरे भाणे सरबत दा भला होवे, चंदन सिखिया तेरे निशान खाण दी ए। प्यास कर लिखदे लड़दियां लड़दियां सांझे वार बाबा दीप सिंह जी दे और जमाल खान दे होए आ। हौणी ने आख्या, बाबा दीप सिंह मैं आख्या सी तेरा परन से नहीं चढ़ दूंगी, तेरे मैं जेड़े प्राण राह च रोल के रख दूंगी, तेरे गुरु दा मंदिर 5 मील दूर आ। निहंग सिंह होके झूठ बोलिया ही, अमृत छक के झूठ बोलिया ही। बाबा दीप सिंह ने आख्या, होनी होनी ने आख्या मेरे किताब च तेरे स्वास खत्म हो चुके। बाबा दीप सिंह ने आख्या, होनी तेरी किताब ए डायरी लोकां वास्ते बनी आ, मेरे वास्ते नहीं। मेरियां रगां दे विचों कलगियां वाले पातशाह दा अमृत लंघिया, मैं अपना परन पूरा करके फिर शहीदी पाऊंगा। बाबा दीप सिंह दे अंदे बुल फरके खब्बी तली ते रखिया सीस,
सज्जे हाथ विच फड़ के फलादी खंडा कौम दी अगवाई करदा बाबा दीप सिंह जी चरी वांग दुश्मनां नूं वढदा देहो जी वाड़ बाबा दीप सिंह ने दुश्मनां नूं पाई दुश्मनां ने लाहौर जाके सा लिया उन्हें आख्या खाना सानू जींदे ना लंड कराए के मरिया ना उन्हें आख्या कोई मर के भी लड़दा उन्हें आख्या बाबा दीप सिंह जी बुढ़ा जिहा एक रासी उन्हें वढ़ के सुट दिता ओदे नाल दे ने आख्या जी अजे की विगड़िया वह फिर उठ के लड़न लग पिया उन्हें आख्या कला ही क्यों और भी कोई उन्हें आख्या उन्हें सानू कले ने पिछा पौ के अमृतसर साहब नहीं वेखन दिता सानू मैं भी ओदे नाल दे भी साथी उठ पे होने जिन्हों कौम की जिंदगी आंदे आ ਉਹ ਹੈ ਤੁਹਾਡਾ ਇਤਿਹਾਸ ਨਾ ਕਿਸੇ ਤੇ ਵਾਅਦਾ ਕਰੋ ਨਾ ਵਾਅਦਾ ਜਰੋ ਸਿੱਖੀ ਵਿੱਚ ਪੂਰੇ ਹੋ ਖੰਡੇ ਬਾਟੇ ਦਾ ਅਮਰ ਛਕੋ ਇਹ ਮੈਂ ਭਾਈ ਜੰਗਵੀਰ ਸਿੰਘ ਜੀ ਅੰਬਾਲੇ ਸ਼ਹਿਰ ਹਰਿਆਣੇ ਚ ਪ੍ਰਸੰਗ ਬਾਦਾ ਦੀਪ ਸਿੰਘ ਦਾ ਪੜਿਆ ਇੱਕ ਹਿੰਦੂ ਰਾਜਕੁਮਾਰ ਨਾਂ ਦਾ ਬੰਦਾ ਸਮਾਪਤੀ ਤੋਂ ਬਾਅਦ 1100 ਰੁਪਈਆ ਛੋਟੇ ਭਚੰਗੀ ਨੂੰ ਉਹਨੇ ਮਾਣ ਦਿੱਤਾ ਮੈਂ ਕਿਹਾ ਵੀ ਤੈਨੂੰ ਕੁਝ ਪਤਾ ਪੁਤਾ ਵੀ ਲੱਗਾ ਜੋ ਇਹਨੇ ਪੜਿਆ ਆਂਦਾ ਸਰਦਾਰ ਜੀ ਮਨਾ ਪਤਾ ਪੁਤਾ ਤੋਂ ਕੋਨਾ ਲਾ ਗਿਓ ਸਾ ਜਬ ਜੂ ਛੋਰਾ ਗਾ ਰਿਹਾ ਥਾ ਨਾ ਆਂਦਾ ਮੇਰੇ ਸਰੀਰ ਕੀ ਧੜਕਣ ਖੂਨ ਇਤਨਾ ਧੜਕ ਰਿਹਾ ਥਾ ਵੀ ਮੇਰੇ ਆਤਮਾ ਜੂ ਤਲਵਾਰ ਹੁੰਦੀ ਨਾ ਤੋ 4-5 ਕੀ ਮੁੰਡੀ ਤੋਂ ਮੈਂ ਵੀ ਕਾਟ ਦਿੰਦਾ ਆਂਦਾ ਮੇਰੇ ਇੰਨਾ ਜੋਸ਼ ਆ ਗਿਆ ਸੀ ਵੀ 4-5 ਨੂੰ ਮੈਂ ਮਾਰ ਸਕਦਾ ਸਾ ਸਿੱਖੋ ਇਹ ਨਾੜਾ ਚ ਜੰਮਿਆ ਖੂਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਢਾਡੀ ਦਸਮ ਪਾਤਸ਼ਾਹ ਨੇ ਕਵੀਸ਼ਰ ਤਿਆਰ ਕੀਤੇ ਤੁਸੀਂ ਮਾਣ ਦਿੱਤਾ ਧੰਨਵਾਦ ਸਤਿਗੁਰੂ ਕਿਰਪਾ ਕਰੇ ਭੁੱਲ ਚੁੱਕ ਦੀ ਮਾਫੀ ਫਤਿਹ ਮਰਦਾਂ ਵਾਲੀ ਗੱਜ ਕੇ ਬੁਲਾਇਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ।